ਭਾਵੇਂ ਹੀ ਪੰਜਾਬ 'ਚ ਹਰ ਦਿਨ ਲੁਟੇਰਿਆਂ ਵੱਲੋਂ ਲੁੱਟਾਂ ਖੋਹਾਂ ਕਰਨ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦੂਜੇ ਪਾਸੇ ਫਰੀਦਕੋਟ ਪੁਲਿਸ ਸਮਾਜ ਵਿਰੋਧੀਆਂ ਅੰਸਰਾਂ ਨੂੰ ਕਾਬੂ ਕਰਨ ਲਈ ਹਮੇਸ਼ਾ ਤਤਪਰ ਰਹਿੰਦੀ ਹੈ, ਜਿਸ ਦੀ ਤਾਜ਼ਾ ਮਿਸਾਲ ਉਸ ਵਕਤ ਵੇਖਣ ਨੂੰ ਮਿਲੀ ਜਦੋਂ ਕਿ ਇੱਕ ਲੁਟੇਰਾ ਬਾਜ਼ਾਰ 'ਚ ਜਾ ਰਹੀਆਂ ਔਰਤਾਂ ਤੋਂ ਪਰਸ ਖੋਹ ਕੇ ਰਫੂ ਚੱਕਰ ਹੋ ਗਿਆ, ਪਰ ਉਸ ਵੇਲੇ ਕੀਤੀ ਸਾਰੀ ਵਾਰਦਾਤ ਨੇੜੇ ਲੱਗੇ ਸੀਸੀ ਕੈਮਰੇ 'ਚ ਕੈਦ ਹੋ ਗਈ, ਜਿਸ ਦੀ ਸਹਾਇਤਾ ਨਾਲ ਉਕਤ ਨੌਜਵਾਨ ਲੁਟੇਰੇ ਦੀ ਪਹਿਚਾਣ ਕਰਦਿਆਂ ਸਬ ਇੰਸਪੈਕਟਰ ਨਵਪ੍ਰੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਉਸ ਨੂੰ ਕਾਬੂ ਕਰ ਲਿਆ। ਪੀੜਤ ਔਰਤਾਂ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਦਰਜ ਕਰਕੇ ਨੌਜਵਾਨ ਲੁਟੇਰੇ ਨੂੰ ਕਾਬੂ ਕਰਕੇ ਉਸ ਤੋਂ ਵਾਰਦਾਤ 'ਚ ਵਰਤੀ ਐਕਟਿਵਾ ਸਕੂਟਰੀ ਤੇ ਪਰਸ ਬਰਾਮਦ ਕਰ ਲਿਆ ਹੈ। ਉਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਲ ਕਰਾਂਗੇ ਅਤੇ ਉਕਤ ਲੁਟੇਰਿਆਂ ਤੋਂ ਹੋਰ ਵੀ ਅਹਿਮ ਖੁਲਾਸੇ ਮਿਲਣ ਦੀ ਆਸ ਹੈ। ਜਿਹੜਾ ਇਸੇ ਮਹੀਨੇ ਦੀ ਜਿਹੜਾ ਗੁਰਦੁਆਰਾ ਸਿੰਘ ਸਭਾ ਦੇ ਕੋਲੋਂ ਇੱਕ ਕਾਂਤਾ ਦੇਵੀ ਲੜਕੀ ਜਿਹੜੀ ਸਟੂਡੈਂਟ ਐਮ ਏ ਦੀ, ਉਹਦੇ ਕੋਲੋਂ ਇੱਕ ਜਿਹੜਾ ਪਰਸ ਖੋਲਿਆ ਸੀ ਕਿਸੇ ਐਕਟਿਵਾ 'ਤੇ ਸਵਾਰ ਮੁੰਡੇ ਨੌਜਵਾਨ ਨੇ, ਜਿਹਦੇ ਅਸੀਂ ਸੀ ਸੀ ਟੀ ਵੀ ਫੁਟੇਜ ਦੀ ਮਦਦ ਨਾਲ ਅਤੇ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰਕੇ ਜਿਹੜਾ ਅਸੀਂ ਉਹਦੀ ਜਿਹੜਾ ਇਹਦਾ ਮੁਰਜਮ ਸੀਗਾ ਮਨਦੀਪ ਸਿੰਘ ਉਹਨੂੰ ਕਾਬੂ ਕਰ ਲਿਆ ਗਾ। ਅੱਜ ਨੂੰ ਅਸੀਂ ਅਦਾਲਤ 'ਚ ਪੇਸ਼ ਕਰਾਂਗੇ, ਉਸ ਤੋਂ ਬਾਅਦ ਰਿਮਾਂਡ ਲੈ ਕੇ ਇਹਦਾ ਇਹ ਤੋਂ ਹੋਰ ਵੀ ਪੁੱਛਗਿੱਛ ਕਰਾਂਗੇ ਕਿੱਥੇ ਕਿੱਥੇ ਲੁੱਟਾ ਖੋਹਾਂ ਕਰਦਾ ਗਾ। ਫਰੀਦਕੋਟ ਤੋਂ ਜਗਤਾਰ ਦੋਸਾਂਝ, ਜੀਵੇ ਪੰਜਾਬ ਟੀਵੀ।